ਜੀ ਅੱਜ ਸੋਹਣਿਆ ਤੁਹਾਨੂੰ ਦਰਸ਼ਨ ਕਰਾਉਂਦੇ ਹਾਂ ਸਕੂਟਰੀ ਦੇ ਜਿਹਦੇ ਕਿ ਬੈਕ ਗੇਅਰ ਵੀ ਲੱਗਿਆ ਵਾ ਆਹ ਦੇਖੋ ਐਮ ਜੀ ਵਾਲਿਆਂ ਦੀ ਜਿਹਨਾਂ ਦੀ ਕਾਰ ਆ ਅੱਛਾ ਹੋਰ ਐਮ ਜੀ ਆ ਐਮ ਯੂ ਦੀ ਭਾਈ ਸਕੂਟਰੀ ਆ ਇਹ ਫੁੱਲ ਚਾਰਜ ਕਰੇ ਤੇ ਡਾਕਟਰ ਸਾਹਿਬ ਕਹਿੰਦੇ ਵੀ 60 ਕਿਲੋਮੀਟਰ ਚੱਲਦੀ ਆ ਤੇ ਤਿੰਨ ਮੋਡਸ ਨੇ ਇਹਦੇ ਆ ਦੋ ਇੱਕ ਇੱਥੇ ਆ ਗਿਆ ਦੇਖੋ ਇੱਕ ਆ ਗਿਆ ਦੋ ਇੱਧਰ ਫਿਰ ਦੋ ਆ ਜੂ ਡਿਸਪਲੇ 'ਚ ਤਿੰਨ ਤਿੰਨ ਤੇ ਮੇਰਾ ਖਿਆਲ ਆ ਟੋਪ ਸਪੀਡ ਕਿੰਨੇ ਹੁੰਦੀ 60 60 ਦੀ ਸਪੀਡ ਆ ਪਹਿਲੇ 'ਚ 25 ਕਿਤੇ ਰਹਿੰਦੀ ਆ ਫਿਰ ਥੋੜ੍ਹੀ ਜਿਹੀ 40-50-60 ਤਿੰਨ ਮੋਡਸ ਨੇ ਇਹਦੀਆਂ ਸਪੀਡ 'ਚ ਆਹ ਲੈ ਆਹ ਕੀ ਹੈ ਇੰਡੀਕੇਟਰ ਐਲ ਈ ਡੀ ਲਾਈਟਾਂ ਅਤੇ ਆਹ ਲਾਈਟ ਦੇਖੋ ਮੂਹਰਲੀ ਕਿਆ ਹੀ ਰੋਸ਼ਨੀ ਆ ਉਹ ਸਾਡੀ ਦੀ ਐਲ ਈ ਡੀ ਲਾਈਟ ਦੀ ਮਿੱਟੂ ਜੀ ਕਿੰਨੇ ਦੀ ਪੈ ਗਈ ਹੈ 71,000 ਦੀ ਬਾਈ ਜੀ ਇਹ ਸਕੂਟਰੀ ਪਈ ਆ ਆਰ ਸੀ ਇਹਦੇ ਲਈ ਰਜਿਸਟ੍ਰੇਸ਼ਨ ਕੋਈ ਰਿਕੁਆਇਰਡ ਨਹੀਂ ਹੈਗੀ ਇੱਕ ਸਾਲ ਦੀ ਗਰੰਟੀ ਆ ਬੈਟਰੀ ਦੀ ਮੋਟਰ ਦੀ ਸਾਲ ਦੀ ਗਰੰਟੀ ਆ ਮਤਲਬ ਕਿਆ ਹੀ ਚੀਜ਼ ਆ ਮੋਟਰ ਤੇ ਜਾਣ ਨੂੰ ਕੋਈ ਖਰਚਾ ਨਹੀਂ ਪਰਚਾ ਨਹੀਂ ਅਸੀਂ ਵੀ ਪਹਿਲਾਂ ਸਕੂਟਰੀਆਂ ਰੱਖੀਆਂ ਨੇ ਬਿਜਲੀ ਵਾਲੀਆਂ ਪਰ ਉਹ ਤਾਂ ਐਡੀਆਂ ਕੁ ਭੈੜੀਆਂ ਦੀਆਂ ਸਾਲਾ ਕੁੱਤਾ ਵੱਢ ਲੈਂਦਾ ਸੀ ਉਹਨਾਂ ਤੇ ਸਾਲੀ ਭੱਜਦੀ ਯਾਰ ਚੁਸਤੇ ਬਹੁਤ 150 ਰੁਪਈਆ ਡਾਕਟਰ ਸਾਹਿਬ ਕਹਿੰਦੇ ਵੀ ਸਾਡਾ ਤੇਲ ਦਾ ਵੱਜਦਾ ਦੇਖੋ ਮੂਹਰੇ ਡਿਸਕ ਬ੍ਰੇਕ ਕਿਆ ਸਾਲਾ ਸੰਦ ਲਾਇਆ ਬ੍ਰੇਕਾਂ ਨੂੰ ਕਿੰਨਾ ਚੱਲਦਾ ਸੀ ਮੋਟਰਸਾਈਕਲ 50,000 ਰੁਪਈਆ ਭਾਈ ਕਹਿੰਦਾ ਮੁੰਡਾ ਬਚਾਊ ਮਤਲਬ ਕਿ ਮੋਟਰਸਾਈਕਲ ਉਹ 100-150 ਦਾ ਵਾਲਾ ਤੇਲ ਖਾਂਦਾ ਸੀ ਤੇ ਬਾਕੀ ਸਰਵਿਸ ਸੱਪਾ ਟੱਪਾ ਇਹਦੀ ਤਾਂ ਘਸਾਈ ਵੀ ਕੁਛ ਨੀ ਆਹੋ ਇਹ ਤਾਂ ਕੁਛ ਵੀ ਨਹੀਂ ਬਿੱਟੂ ਆਹ ਰਿਮੋਟ ਜਿਹਾ ਕੀ ਹੈ ਹਾਏ 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 ਵਿਦ ਸੈਂਟਰ ਲੋਕਿੰਗ ਰਿਮੋਟ ਕੀ ਆ ਗਿਆ ਹੱਥ ਲਾਏ ਤੇ ਕਹਿੰਦੇ ਭਾਈ ਸਿਕਿਉਰਿਟੀ ਸਿਸਟਮ ਵੀ ਲੱਗਿਆ ਹੋਇਆ ਦੇਖਦੇ ਹਾਂ ਕੀ ਜਲਬਾ ਕਰਦੀ ਆ ਚੱਲ ਕੋਈ ਨੀ ਮਾਰਦੀ ਉਹ ਤਾਂ ਡਿੱਗੀ ਖੋਲ ਕੇ ਦਿਖਾ ਇਹਦੇ ਵਿੱਚ ਪਦਾਰਥ ਕੀ ਆਉਂਦੇ ਹੈ ਜੇ ਕੋਈ ਚੋਰੀ ਚਕਾਰੀ ਕਰਨਾ ਚਾਹੇ ਸੈਰਨ ਵੀ ਦਊਗੀ ਬੱਲੇ 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 ਕਿਆ ਹੀ ਬਾਤਾਂ ਨੇ ਬਾਈ ਡਿੱਗੀ ਬਹੁਤ ਵਧੀਆ ਡਿੱਗੀ ਵੀ ਦਿਖਾ ਭਾਈ ਦੇਖੋ ਜੀ ਡਾਕਟਰ ਦਾ ਸਾਰਾ ਸਮਾਨ ਕਰਦੀ ਆ ਚੀਚੋ ਲੋੜ ਆ ਭਾਈ ਲਓ ਵਧੀਆ ਚੀਜ਼ ਆ ਜਾਣੀ ਵਧੀਆ ਲੱਗੀ